ਇਸ ਵੇਲੇ ਪਾਰਟੀ ਦੀ ਸਥਿਤੀ ਕਿਸ ਤਰ੍ਹਾਂ ਹੈ? ਬਹੁਤ ਸਾਰੇ ਲੀਡਰ GP ਤੁਹਾਡੇ ਡਿਪਟੀ CLP ਚੱਬੇਵਾਲ ਔਰ ਬੇਅੰਤ ਸਿੰਘ ਦੇ ਪੋਤਰੇ ਔਰ ਇੱਕ ਲੈਗਸੀ ਹੈ ਕਾਂਗਰਸ ਪਾਰਟੀ ਦੇ ਲਈ ਰਵਨੀਤ ਬਿੱਟੂ, ਬਹੁਤ ਸਾਰੇ ਲੀਡਰ ਲਗਾਤਾਰ ਕਾਂਗਰਸ ਨੂੰ ਛੱਡ ਰਹੇ ਨੇ। ਕਈ ਲੋਕਾਂ ਨੂੰ ਸਿਆਸੀ ਲਾਹੇ ਦੀ ਆਦਤ ਪੈ ਜਾਂਦੀ, ਕਈ ਲੋਕਾਂ ਨੂੰ ਰਾਜਨੀਤੀ ਵਿੱਚ ਤਾਕਤ ਦੀ ਭੁੱਖ ਹੁੰਦੀ ਹੈ, ਤਾਕਤ ਨੂੰ ਸੇਵਾ ਦੇ ਰੂਪ ਵਿੱਚ ਦੇਖਦੇ ਨੇ, ਅਤੇ ਇਸ ਕਰਕੇ ਜਿਹੜੇ ਲੋਕ ਆਪਣੀਆਂ ਪਾਰਟੀਆਂ ਦੇ ਵਿੱਚ ਛੱਡ ਕੇ ਚਲੇ ਜਾਂਦੇ ਹੈ ਰਾਜਨੀਤਿਕ ਲਾਹੇ ਵਾਸਤੇ ਜਾਂ ਰਾਜਨੀਤਿਕ ਤਾਕਤ ਵਾਸਤੇ, ਤਾਂ ਮੈਂ ਸਮਝਦਾ ਕਿ ਉਹ ਬਰਸਾਤੀ ਡੱਡੂ ਟਾਈਪ ਹੁੰਦੇ ਨੇ ਔਰ ਅੱਜ ਉਹ ਲੋਕਾਂ ਦੇ ਮਨ 'ਚ ਉਹਨਾਂ ਦਾ ਕਿਰਦਾਰ ਗਿਰ ਜਾਂਦਾ। ਜਿਸ ਪਾਰਟੀ ਨੇ ਰਵਨੀਤ ਬਿੱਟੂ ਨੂੰ 3 ਵਾਰ ਲੋਕ ਸਭਾ ਦਾ MP ਬਣਾ ਕੇ ਉਹਦੇ ਭਰਾ ਨੂੰ DSP ਬਣਾ ਕੇ ਪਾਰਟੀ ਨੇ ਨਵਾਜਿਆ ਹੋਵੇ, ਅਤੇ ਉਹ ਅੱਜ ਜੇ ਪਾਰਟੀ ਕਮਜ਼ੋਰ ਸੀ ਜਾਂ ਪਾਰਟੀ ਉਹਨਾਂ ਨੂੰ ਲੱਗਿਆ ਕਿ ਪਾਰਟੀ ਕਮਜ਼ੋਰ ਹੈ, ਅੱਜ ਤਾਂ ਤੁਸੀਂ ਦੇਖ ਰਹੇ ਹੋ ਦਿੱਲੀ ਦੇ ਵਿੱਚ ਆਉਣ ਵਾਲੇ ਸਮੇਂ 'ਚ ਇੰਡੀਆ ਗਠਬੰਧਨ ਦੀ ਸਰਕਾਰ ਬਣਨੀ ਹੈ, ਤੁਹਾਡੇ ਸਾਹਮਣੇ ਆਇਆ ਇੰਡੀਆ ਅਲਾਇੰਸ ਦੀ ਸਰਕਾਰ ਬਣੋ, ਤਾਂ ਉਸ ਵੇਲੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਕਾਂਗਰਸ ਪਾਰਟੀ ਬਹੁਤ ਕਮਜ਼ੋਰ ਹੈ। ਸਿੰਗਲਾ ਸਾਹਿਬ, ਕਿਵੇਂ ਦੇਖਦੇ ਹੋ ਨੌਜਵਾਨ ਤੋਂ ਲੈ ਕੇ ਤੁਸੀਂ ਲਗਾਤਾਰ ਵਿਚਰ ਰਹੇ ਹੋ, ਇਸ ਵੇਲੇ ਪਾਰਟੀ ਦੀ ਸਥਿਤੀ ਕਿਸ ਤਰ੍ਹਾਂ ਹੈ? ਬਹੁਤ ਸਾਰੇ ਲੀਡਰ GP ਤੁਹਾਡੇ ਡਿਪਟੀ CLP ਚੱਬੇਵਾਲ ਔਰ ਬੇਅੰਤ ਸਿੰਘ ਦੇ ਪੋਤਰੇ ਔਰ ਇੱਕ ਲੈਗਸੀ ਹੈ ਕਾਂਗਰਸ ਪਾਰਟੀ ਦੇ ਲਈ ਰਵਨੀਤ ਬਿੱਟੂ, ਬਹੁਤ ਸਾਰੇ ਲੀਡਰ ਲਗਾਤਾਰ ਕਾਂਗਰਸ ਨੂੰ ਛੱਡ ਰਹੇ ਨੇ। ਇਹ ਬੇਸਿਕਲੀ ਕਈ ਲੋਕਾਂ ਨੂੰ ਸਿਆਸੀ ਲਾਹੇ ਦੀ ਆਦਤ ਪੈ ਜਾਂਦੀ ਹੈ, ਕਈ ਲੋਕਾਂ ਨੂੰ ਰਾਜਨੀਤੀ ਵਿੱਚ ਤਾਕਤ ਦੀ ਭੁੱਖ ਹੁੰਦੀ ਹੈ। ਜੇ ਤਾਂ ਮੈਂ ਆਪਦੀ ਗੱਲ ਕਰਾਂ, ਮੈਨੂੰ ਕਦੇ ਰਾਜਨੀਤੀ ਦੇ ਵਿੱਚ ਤਾਕਤ ਦੀ ਭੁੱਖ ਨਹੀਂ ਰਹੀ। ਮੈਂ ਹਮੇਸ਼ਾ ਜੇ ਰਾਜਨੀਤੀ ਦੇ ਵਿੱਚ ਕੋਈ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਆਪਣੀ ਜ਼ਿੰਦਗੀ ਨੂੰ ਸੇਵਾ ਨਾਲ ਹੀ ਜੋੜ ਕੇ ਰੱਖਿਆ। ਮੈਂ ਹਮੇਸ਼ਾ ਰਾਜਨੀਤਿਕ ਤਾਕਤ ਨੂੰ ਸੇਵਾ ਦੇ ਰੂਪ ਵਿੱਚ ਦੇਖਦਾ, ਅਤੇ ਇਸ ਕਰਕੇ ਜਿਹੜੇ ਲੋਕ ਆਪਣੀਆਂ ਪਾਰਟੀਆਂ ਦੇ ਵਿੱਚ ਛੱਡ ਕੇ ਚਲੇ ਜਾਂਦੇ ਹੈ ਰਾਜਨੀਤਿਕ ਲਾਹੇ ਵਾਸਤੇ ਜਾਂ ਰਾਜਨੀਤਿਕ ਤਾਕਤ ਵਾਸਤੇ, ਤਾਂ ਮੈਂ ਸਮਝਦਾ ਕਿ ਉਹ ਬਰਸਾਤੀ ਡੱਡੂ ਟਾਈਪ ਹੁੰਦੇ ਹੈ ਔਰ ਅੱਜ ਉਹ ਲੋਕਾਂ ਦੇ ਮਨ 'ਚ ਉਹਨਾਂ ਦਾ ਕਿਰਦਾਰ ਗਿਰ ਜਾਂਦਾ। ਲੋਕਾਂ ਨੂੰ ਸਮਝ ਆ ਜਾਂਦੀ ਹੈ ਕਿ ਜਿਸ ਪਾਰਟੀ ਨੇ ਰਵਨੀਤ ਬਿੱਟੂ ਨੂੰ 3 ਵਾਰ ਲੋਕ ਸਭਾ ਦਾ MP ਬਣਾ ਕੇ ਉਹਦੇ ਭਰਾ ਨੂੰ DSP ਬਣਾ ਕੇ ਪਾਰਟੀ ਨੇ ਨਵਾਜਿਆ ਹੋਵੇ, ਅਤੇ ਉਹ ਅੱਜ ਜੇ ਪਾਰਟੀ ਕਮਜ਼ੋਰ ਸੀ ਜਾਂ ਪਾਰਟੀ ਉਹਨਾਂ ਨੂੰ ਲੱਗਿਆ ਕਿ ਪਾਰਟੀ ਕਮਜ਼ੋਰ ਹੈ, ਅੱਜ ਤਾਂ ਤੁਸੀਂ ਦੇਖ ਰਹੇ ਹੋ ਕਿ ਦਿੱਲੀ ਦੇ ਵਿੱਚ ਆਉਣ ਵਾਲੇ ਸਮੇਂ 'ਚ ਇੰਡੀਆ ਗਠਬੰਧਨ ਦੀ ਸਰਕਾਰ ਬਣਨੀ ਹੈ, ਤੁਹਾਡੇ ਸਾਹਮਣੇ ਆ ਜਾਂਦੀ ਇੰਡੀਆ ਅਲਾਇੰਸ ਦੀ ਸਰਕਾਰ ਬਣੂਗੀ, ਤਾਂ ਉਸ ਵੇਲੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਕਾਂਗਰਸ ਪਾਰਟੀ ਬਹੁਤ ਕਮਜ਼ੋਰ ਹੈ। ਪਰ ਚਾਹੇ ਪਾਰਟੀ ਕਿਸੇ ਹਰ ਤਰ੍ਹਾਂ ਦਾ ਦੌਰ ਹਰ ਪਾਰਟੀ ਵਾਸਤੇ ਆਉਂਦਾ। ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਨੇਤਾ ਅਫਸਰਵਾਦੀ ਨਹੀਂ ਹੋ ਗਏ, ਅਫਸਰ ਭਾਲਦੇ ਨੇ, ਓਪਰਚੁਨਿਟੀ ਭਾਲਦੇ ਨੇ, ਤੋ ਇਹ 'ਚ ਕੋਈ ਅਫਸਰ ਦੀ ਗੱਲ ਨਹੀਂ ਹੈ। ਹਰ ਬੰਦਾ, ਕਈ ਲੋਕ ਓਪਰਚੁਨਿਸਟ ਹੁੰਦੇ ਹੈ, ਅਤੇ ਇਹਦਾ ਕਲੀਅਰ ਕੱਟ ਗੱਲ ਇਹ ਦਰਸਾਉਂਦੀ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਓਪਰਚੁਨਿਸਟ ਵਾਲੀ ਗੱਲ ਕੀਤੀ ਹੈ। ਉਹਨਾਂ ਨੇ ਲੱਗਿਆ ਕਿ ਅਗਰ ਅੱਜ ਸਰਕਾਰ 'ਚ ਜਾ ਕੇ ਚੋਣ ਲੜਨ ਦਾ ਮੌਕਾ ਮਿਲਦਾ ਤਾਂ ਉਸ ਓਪਰਚੁਨਿਟੀ ਨੂੰ ਟੈਪ ਕਰ ਲਓ। BJP ਕਹਿੰਦੀ ਹੈ 400 ਪਾਰ, ਉਹ ਤਾਂ 4 ਤਰੀਕ ਨੂੰ ਪਤਾ ਲੱਗੂਗਾ ਕਿ 200 ਪਾਰ ਹੁੰਦਾ ਕਿ ਨਹੀਂ।